ਆ ਜੀ ਤੁਸੀਂ ਦੇਖ ਲਿਓ ਸਟਾਰ ਐਜੀਲੂਸ਼ਨ ਨੰਬਰ ਜੀ ਦੇ ਨਾਲ ਗੁਰੂ ਨਾਨਕ ਯੂਨੀਵਰਸਿਟੀ ਵਿਦਿਆਰਥੀਆਂ ਵੱਲੋਂ ਗੇਟ ਬੰਦ ਕੀਤੇ ਗਏ। ਸਰਕਾਰ ਵੱਲੋਂ ਰੂਰਲ ਅਤੇ ਬਾਰਡਰ ਏਰੀਆ ਰਜਿਸਟ੍ਰੇਸ਼ਨ ਖਤਮ ਕਰਨ ਕਾਰਨ ਅਤੇ ਗੁਰੂ ਨਾਨਕ ਯੂਨੀਵਰਸਿਟੀ ਹਰ ਸਾਲ ਫੀਸਾਂ ਦਾ ਵਾਧਾ ਕਰਨ ਕਰਕੇ ਵਿਦਿਆਰਥੀ ਭੁੱਖ ਹੜਤਾਲ 'ਤੇ ਬੈਠੇ। ਗੱਲਬਾਤ ਕਰਦੇ ਹਾਂ ਵਿਦਿਆਰਥੀਆਂ ਨਾਲ, ਉਹ ਕੀ ਕਹਿਣਾ ਚਾਹੁੰਦੇ ਆ ਇਸ ਸੰਬੰਧ ਦੇ ਵਿੱਚ। ਸਰ, ਜਿਹੜਾ ਐਡੀਸ਼ਨਲ ਸੀਟਾਂ ਵਧਾ ਕੇ ਉਹ ਕੋਟਾ ਜਿਹੜਾ ਬਹਾਲ ਕੀਤਾ ਜਾਵੇ। ਦੂਸਰੀ ਮੰਗ ਇਹ ਸੀ ਕਿ ਦੇਖੋ ਜਿਹੜੀ ਇਹ ਯੂਨੀਵਰਸਿਟੀਆਂ ਲਗਾ ਹਰ ਸਾਲ ਜਿਹੜੀ 5% ਫੀਸ ਵਧਾ ਰਹੀ ਹੈ, ਲਗਾਤਾਰ ਪਿਛਲੇ ਕਈ ਸਾਲਾਂ ਤੋਂ ਹਰ ਸਾਲ 5% ਫੀਸ ਵਧਣ ਦੇ ਨਾਲ ਜਿਹੜਾ ਆਮ ਘਰ ਦੇ ਬੱਚਿਆਂ ਦੇ ਕੋਲ ਇਹ ਯੂਨੀਵਰਸਿਟੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ। ਸੋ ਇਹਨਾਂ ਮੰਗਾਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਗੱਲਬਾਤ ਚੱਲ ਰਹੀ, ਪਰ ਕਿਸੇ ਵੀ ਹਾਂ ਜਿਹੜਾ ਯੂਨੀਵਰਸਿਟੀ ਵੱਲੋਂ ਹਾਂ ਪੱਕੀ ਹੰਗਾਰਾ ਨਹੀਂ ਮਿਲਿਆ। ਇਸ ਨੂੰ ਹੀ ਦੇਖਦੇ ਜਿਹੜਾ ਅਸੀਂ 25 ਤਰੀਕ ਤੋਂ ਲੈ ਕੇ ਜਿਹੜਾ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਇੱਥੇ ਜਿਹੜੇ ਬੱਚੇ ਬੈਠੇ ਹੋਏ ਆ, ਪਰ ਇਹ ਜਿਹੜਾ ਪ੍ਰਸ਼ਾਸਨ ਵੱਲੋਂ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਉੱਤੇ ਕੋਈ ਵੀ ਜਿਹੜਾ ਨਹੀਂ ਇਹਦੇ 'ਤੇ ਕੋਈ ਗੱਲਬਾਤ ਚੱਲ ਰਹੀ। ਸੋ ਅੱਜ ਸਾਰੀ ਯੂਨੀਵਰਸਿਟੀ ਦੇ ਗੇਟ ਬੰਦ ਕੀਤੇ ਗਏ, ਦੂਸਰਾ ਗੇਟ ਵੀ ਬੰਦ ਕੀਤਾ ਗਿਆ, ਕਿਉਂਕਿ ਅੱਜ ਸਾਡੇ ਜਿਹੜੇ ਭੁੱਖ ਹੜਤਾਲ ਦੇ ਵਿਦਿਆਰਥੀ ਬੈਠੇ ਜਸਕਰਨ ਸਿੰਘ, ਉਹਨਾਂ ਦੀ ਸਿਹਤ ਕਾਫੀ ਢਿੱਲੀ ਹੋ ਚੁੱਕੀ ਸੀ, ਬੀਪੀ ਬਹੁਤ ਜ਼ਿਆਦਾ ਘੱਟ ਗਿਆ ਸੀ। ਸੋ ਇਸ ਨੂੰ ਰੋਹ ਦੇ ਵਿੱਚ ਵਿਦਿਆਰਥੀ ਨੇ ਜਿਹੜਾ ਗੇਟ ਬੰਦ ਕੀਤਾ, ਉਸ ਤੋਂ ਦੌਰੀ ਤੋਂ ਬਾਅਦ ਜਿਹੜਾ ਇਹਨਾਂ ਦੇ ਕੰਨ 'ਤੇ ਜੂੰ ਸਰਕੀ, ਇਹ ਗੱਲਬਾਤ ਚੱਲੀ ਹੈ। ਇਹਨਾਂ ਨੇ ਕਿਹਾ ਕਿ ਅਸੀਂ ਮੰਗਾਂ ਮੰਨਦੇ ਹਾਂ, ਪਰ ਜਿਹੜਾ ਲਿਖਤੀ ਸੌਂਵਰ ਦੇਵਾਂਗੇ। ਅਤੇ ਸਾਡੀ ਮੰਗ ਇਹ ਵੀ ਜਿੰਨਾ ਚਿਰ ਸਾਡੇ ਹੱਥ 'ਚ ਲਿਖਤੀ ਨਹੀਂ ਹੁੰਦਾ, ਇਹ ਭੁੱਖ ਹੜਤਾਲ ਅਣਮਿੱਥੇ ਸਮੇਂ ਲਈ ਜਾਰੀ ਰਹੇਗੀ। ਬਿਲਕੁਲ ਜੀ, ਜੇਕਰ ਕਿਸੇ ਵੀ ਵਿਦਿਆਰਥੀ ਭੁੱਖ ਹੜਤਾਲ ਦੇ ਬੈਠੇ ਵਿਦਿਆਰਥੀ ਦਾ ਕੋਈ ਵੀ ਨੁਕਸਾਨ ਹੁੰਦਾ, ਤਾਂ ਉਹਦੀ ਜ਼ਿੰਮੇਵਾਰੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਊਗੀ, ਪੰਜਾਬ ਸਰਕਾਰ ਦੀ ਹੋਵੇਗੀ ਜੀ। ਹੁਣ ਕੀ ਰੱਖਦੇ ਮੰਗ? ਮੰਗ ਸਾਡੀ ਇਹੋ ਜਿਹੀ, ਦੇਖੋ ਬੜੀਆਂ ਜਾਇਜ਼ ਮੰਗਾਂ। ਇਹ ਯੂਨੀਵਰਸਿਟੀ ਪਿੰਡਾਂ ਦੇ ਬੱਚਿਆਂ ਲਈ ਬਣੀ ਆ, ਬਾਰਡਰ ਏਰੀਏ ਦੇ ਬੱਚਿਆਂ ਲਈ ਬਣੀ ਆ ਕਿ ਉਹ ਬੱਚੇ ਪੜ੍ਹ ਸਕੇ, ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾ ਸਕਣ, ਉਹਨਾਂ ਨੂੰ ਉਹਦਾ ਬਣਦਾ ਹੱਕ ਦਿੱਤਾ ਜਾਵੇ ਪਿੰਡਾਂ ਦੇ ਬੱਚਿਆਂ ਨੂੰ, ਅਤੇ ਉਹਨਾਂ ਦਾ ਕੋਟਾ ਬਹਾਲ ਕੀਤਾ ਜਾਵੇ, ਜਿਹੜਾ ਫੀਸਾਂ ਲਗਾਤਾਰ ਵੱਧ ਰਹੀਆਂ ਉਹਨਾਂ ਦਾ ਵਾਧਾ ਜਿਹੜਾ ਵਾਪਸ ਲਿਆ ਜਾਵੇ, ਆਮ ਘਰ ਦੇ ਬੱਚੇ ਤਾਂ ਜੋ ਆਮ ਮਜ਼ਦੂਰ ਕਿਸਾਨਾਂ ਦੇ ਬੱਚੇ ਇੱਥੇ ਆ ਕੇ ਪੜ੍ਹ ਸਕਣ। ਭਾਈ, ਆਪਣਾ ਨਾਮ ਦੱਸ ਕੇ ਕੀ ਕਹਿਣਾ ਚਾਹੁੰਦੇ ਹੋ? ਭੁੱਖ ਹੜਤਾਲ 'ਚ ਬੈਠੇ, ਸਿਹਤ ਵੀ ਬੜੀ ਡਾਊਨ ਹੋ ਗਈ ਹੈ ਜੀ। ਸਿਹਤ ਜੀ, ਪਿਛਲੇ 3 ਦਿਨਾਂ ਤੋਂ ਭੁੱਖ ਹੜਤਾਲ ਚੱਲ ਰਹੀ ਹੈ ਜੀ, ਅੱਜ 3ਦਿਨ ਚੱਲ ਰਿਹਾ, ਅਤੇ ਉਹ ਕੁਛ ਖਾਣ ਦਾ ਖਾਧਾ ਪੀਤਾ ਨਹੀਂ 3 ਦਿਨ, ਇਸ ਕਰਕੇ ਮਾੜਾ ਮੋਟਾ ਬੀਪੀ ਜਿਹਾ ਡਾਊਨ ਹੋਇਆ। ਅਤੇ ਆਏ ਆ ਡੀਨ ਅਕੈਡਮਿਕ ਅਤੇ ਡੀਨ ਸਟੂਡੈਂਟ ਵੈਲਫੇਅਰ ਆਏ ਆ, ਉਹਨਾਂ ਨੇ ਭਰੋਸਾ ਦਿੱਤਾ ਵੀ ਸੋਮਵਾਰ ਤੱਕ ਜਿਹੜਾ ਰਿਟ ਤੁਹਾਨੂੰ ਰਿਟਨ 'ਚ ਲਿਖ ਕੇ ਦੇ ਦਾਂਗੇ ਤੁਹਾਡੀਆਂ ਮੰਗਾਂ ਪੂਰੀਆਂ ਕਰਨ ਦਾ ਨੋਟਿਸ। ਪਰ ਅਸੀਂ ਵੀ ਸੋਮਵਾਰ ਤੱਕ ਜਿੰਨਾ ਚਿਰ ਨੋਟਿਸ ਸਾਡੇ ਹੱਥ ਨਹੀਂ ਹੁੰਦਾ ਉਨਾ ਚਿਰ ਅਸੀਂ ਇੱਥੋਂ ਭੁੱਖ ਹੜਤਾਲ ਨਹੀਂ ਚੱਕਣੀ। ਜਦੋਂ ਸਾਨੂੰ ਲਿਖਤੀ ਨੋਟਿਸ ਸਾਨੂੰ ਦੇ ਦੇਣਗੇ, ਸਾਡੇ ਹੱਥ 'ਤੇ ਰੱਖ ਦੇਣਗੇ, ਉਦੋਂ ਨੂੰ ਅਸੀਂ ਭੁੱਖ ਹੜਤਾਲ ਖਤਮ ਕਰਕੇ ਆਪਦੇ ਚੁੱਕ ਲਾਂਗੇ, ਧਰਨਾ ਚੁੱਕ ਲਾਂਗੇ। ਠੀਕ ਹੈ ਜੀ, ਸਿਹਤ ਠੀਕ ਹੈ ਜੀ, ਅੱਗੇ ਨਾਲੋਂ ਇੰਪਰੂਵਮੈਂਟ ਆ ਮਾੜੀ ਮੋਟੀ ਜੀ। Thank you.